अमृतसर दे विच हेरोइन दे नाल फड़िया गया लीडर तकड़ी वाला है या फिर झाड़ू वाला। हड़ां दे विच डूब रहे लोकां दे नाल पंजाब दी सियासत दा ए वड्डा मुद्दा बनिया होया। दोहां ही पार्टियां दा पूरा जोर लगा होया है कि अपना पल्ला झाड़ के दूजियां दी पार्टी नूं नशियां दे तस्करां दी पार्टी साबित कर दिता जावे। दोवें ही पार्टियां दे बुलारियां ने इस विच कोई कसर भी नहीं छड्डी। दोहां दे बुलारियां ने तथ भी पेश कीते ने ते तर्क भी, पर यह पेच ज्यों दा त्यों फसया होया कि आखिर तेजबीर किस नाल संबंधित है। इस दे नाल ही जो वड्डा सवाल है उस बारे चर्चा ही नहीं हो रही। सवाल तो यह है कि आखिर तेजबीर दे पिछे असल पाबलो एस्कोबार है कौन। तेजवीर की गिरफ्तारी तो बाद आम आदमी पार्टी के बुलारे मालविंदर कंग ने तेजवीर के अकाली दल के नाल कनैक्शन जग जाहिर किए, जिस तो बाद अकाली दल के सीनियर आगू विरसा सिंह वलटोहा भी सामने आए। वलटोहा ने तेजवीर सिंह नू आम आदमी पार्टी का आगू दसिया। वलटोहा ने कुछ तस्वीर सांझे करते हुए कहा कि तेजवीर सिंह ने विधानसभा चोणों तो पहला ही पार्टी तो दूरी बना ली सी ते आम आदमी पार्टी विच शामिल हो गया सी। ਸਤ ਸਿੰਘ ਬਲਟੋਆ ਜਿਹੜੇ ਅਕਾਲੀ ਦਲ ਔਰ ਮਜੀਠੀਆ ਸਾਹਿਬ ਦੇ ਤੇ ਖਾਸ ਹੈ, ਉਹਨਾਂ ਨੇ ਤੇਜਵੀਰ ਗਿੱਲ ਨੂੰ ਸਰੋਪਾ ਪਾ ਕੇ ਸਤਿਕਾਰ ਕਰ ਰਹੇ, ਸਰੋਪਾ ਪਾ ਕੇ। ਆ ਇਹਨਾਂ ਲੋਕਾਂ ਦੀ ਅਸਲੀਅਤ ਹੈ। ਬਲਦੇਵ ਸਿੰਘ ਮਹਿਤੀਆਂ ਆਮ ਆਦਮੀ ਪਾਰਟੀ ਦਾ ਆਗੂ ਹਲਕਾ ਇੰਚਾਰਜ ਰਾਜਾ ਸਾਹ ਸੀ ਤੇ ਮੌਜੂਦਾ ਚੇਅਰਮੈਨ ਪਨਗਰੇਨ ਉਹ ਤੇਜਵੀਰ ਸਿੰਘ ਦੇ ਨਾਲ ਉਦਘਾਟਨ ਕਰ ਰਿਹਾ। ਇੱਕ ਘਰ ਜਾ ਕੇ ਮਜੀਠੀਆ ਸਾਹਿਬ ਪਤਾ ਨਹੀਂ ਕਿਹੜੀ ਗੁਪਤਗੂ ਕਰ ਰਹੇ ਆ। ਇਹ ਤੇਜਵੀਰ ਗਿੱਲ ਨੂੰ ਸਨਮਾਨਿਤ ਕੀਤਾ ਜਾ ਰਿਹਾ ਮਜੀਠੀਆ ਸਾਹਿਬ ਵੱਲੋਂ। ਜਿਹੜਾ ਵੀ ਤੈਨੂੰ ਟਾਰਗੇਟ ਦਿੱਤਾ ਤੂੰ ਪੂਰਾ ਕਰ ਲਿਆ। ਪ੍ਰਾਈਵੇਟ ਕੰਪਨੀ 'ਚ ਨਹੀਂ ਹੁੰਦਾ। ਜਿਹੜਾ ਜੈੱਡ 56 ਲੱਖ ਰੁਪਈਆ ਕੈਸ਼ ਤੇ ਇੱਕ ਕਾਰ ਦੇ ਨਾਲ ਫੜਿਆ ਗਿਆ, ਜਿਹੜੇ ਇਹਦੇ ਕਨੈਕਸ਼ਨ ਰਹੇ ਆ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਤੋਂ ਲੈ ਕੇ ਵਿਕਰਮ ਸਿੰਘ ਮਜੀਠੀਆ ਔਰ ਤਮਾਮ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਦੇ ਨਾਲ ਬਹੁਤ ਨੇੜਤਾ ਵਾਲੇ ਰਹੇ। ਤੇਜਵੀਰ ਸਿੰਘ ਹੈ ਨਾ ਜਿਹਦੇ ਤੁਸੀਂ ਚਟਕਾਰੇ ਲੈ ਕੇ ਗੱਲਾਂ ਕਰਦੇ, ਜੇ ਤੇ ਆ ਸੌਦਾ ਵੇਚ ਕੇ ਆਇਆ ਤੇ ਆ ਡੀਲ ਕਰਕੇ ਆਇਆ ਤੇ ਚੰਗਾ ਕਰਕੇ ਆਇਆ। ਆ 2022 ਦੀਆਂ ਚੋਣਾਂ ਦੇ ਵਿੱਚ ਜਿਹੜਾ ਤੇਜਵੀਰ ਸਿੰਘ ਉਹਨੇ ਆਮ ਆਦਮੀ ਪਾਰਟੀ ਦੀ ਮਦਦ ਕੀਤੀ, ਖਾਸ ਕਰਕੇ ਰਾਜਾ ਸਾਂਸੀ ਹਲਕੇ ਦੇ ਵਿੱਚ। ਇਲੈਕਸ਼ਨ ਤੋਂ ਪਹਿਲਾਂ ਭਗਵੰਤ ਸਿੰਘ ਮਾਨ ਜੀ ਨੇ ਇਹ ਗੱਲ ਕਈ ਵਾਰ ਆਪਣੀਆਂ ਸਟੇਜ ਦੀਆਂ ਰੈਲੀਆਂ ਤੋਂ, ਇਹ ਸਟੂਡੈਂਟ ਆਰਗੇਨਾਈਜੇਸ਼ਨ ਆਫ ਇੰਡੀਆ ਨਹੀਂ, ਇਹ ਸਮੈਕ ਆਰਗੇਨਾਈਜੇਸ਼ਨ ਆਫ ਇੰਡੀਆ। ਜਿਹੜਾ ਆਮ ਆਦਮੀ ਪਾਰਟੀ ਦਾ ਹਲਕਾ ਇੰਚਾਰਜ ਹੈ ਰਾਜਾ ਸਾਂਸੀ ਤੋਂ ਤੇ ਚੇਅਰਮੈਨ ਹੈ ਪਨਗ੍ਰੇਨ ਪੰਜਾਬ ਦਾ, ਉਹਦੇ ਨਾਲ ਕਿਉਂਕਿ ਉਹਦਾ ਖਾਸਮ ਖਾਸ ਹੈ, ਉਹਦੀ ਮਦਦ ਕੀਤੀ ਹੈ, ਉਹਦੇ ਨਾਲ ਰਹਿੰਦਾ ਆ। ਤੇਗਵੀਰ ਗਿੱਲ ਜਿਹੜਾ ਅੰਮ੍ਰਿਤਸਰ ਰੂਰਲ ਦਾ SOI ਦਾ ਪ੍ਰਧਾਨ ਸੀ, ਉਹਦੀ ਫੋਟੋ ਵਿਕਰਮ ਸਿੰਘ ਮਜੀਠੀਆ ਖਿੱਚ ਰਿਹਾ। ਕਿ ਜਿਹੜੇ ਲੋਕ ਸੱਤਾ 'ਚ ਨੇ, ਜਿਨ੍ਹਾਂ ਦੀ ਸਰਕਾਰ 2022 'ਚ ਬਣੀ ਹੈ ਤੇ ਜਿਨ੍ਹਾਂ ਦੀ ਮਦਦ ਕੀਤੀ ਹੈ ਤੇਜਵੀਰ ਸਿੰਘ ਨੇ, ਤੇ ਅੱਜ ਉਹਨਾਂ ਦੇ ਸੱਜੇ ਖੱਬੇ ਬਹਿੰਦਾ ਸਾਧ ਕਿਹਨੇ ਸੰਘ ਕਿਹਨਾਂ ਦੇ ਨਾਲ ਹੈ। ਨੌਜਵਾਨਾਂ ਦੀਆਂ ਜ਼ਿੰਦਗੀਆਂ ਬਰਬਾਦ ਕੀਤੀਆਂ, ਇਹ ਸਾਰੀ ਗੱਲ ਦੇ ਜ਼ਿੰਮੇਵਾਰ ਅਗਰ ਕੋਈ ਹੈਗੇ ਆ ਤੇ ਉਸ ਟਾਈਮ ਰਾਜ ਕਰਨ ਵਾਲੀ ਸੱਤਾ ਤੇ ਸੁਖਬੀਰ ਸਿੰਘ ਬਾਦਲ ਬਤੌਰ ਡਿਪਟੀ CM ਔਰ ਵਿਕਰਮ ਮਜੀਠੀਆ। ਇਹਨਾਂ ਹੀ ਗੱਲਾਂ ਨੂੰ ਦੁਹਰਾਉਂਦੇ ਹੋਏ ਅੱਜ ਇੱਕ ਵਾਰ ਫਿਰ ਤੋਂ ਅਕਾਲੀ ਦਲ ਦੀ ਲੀਡਰਸ਼ਿਪ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਅਕਾਲੀ ਆਗੂ ਅਰਸ਼ਦੀਪ ਕਲੇਰ ਨੇ ਕਿਹਾ ਕਿ ਸੱਤਾਧਾਰੀ ਪਾਰਟੀ ਉਹਨਾਂ ਦੀ ਪਾਰਟੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤੇ ਉਹ ਇਸ ਮੁੱਦੇ ਨੂੰ ਲੈ ਕੇ ਜਲਦ ਹੀ ਆਮ ਆਦਮੀ ਪਾਰਟੀ ਦੇ ਖਿਲਾਫ ਮਾਨਹਾਨੀ ਦਾ ਦਾਅਵਾ ਕਰਨਗੇ।